ਗਨ ਪੁਆਇੰਟ ਦੇ ਉੱਤੇ ਇੱਕ ਕਾਰ ਖੋਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਪਤੀ ਪਤਨੀ ਪਹਿਲਾਂ ਦਵਾਈ ਲੈਣ ਦੇ ਲਈ ਗਏ ਹੋਏ ਸੀ ਤੇ ਜਦੋਂ ਰਾਸਤੇ ਦੇ ਵਿੱਚ ਉਹ ਵਾਪਸੀ ਕਰ ਰਹੇ ਸੀ ਤਾਂ ਇੱਕ ਅਚਾਨਕ ਹੀ ਰੈਸਟੋਰੈਂਟ ਤੋਂ ਜਦੋਂ ਖਾਣਾ ਪੈਕ ਕਰਵਾਉਣ ਲੱਗੇ ਤਾਂ ਪਤੀ ਆਪਣੀ ਕਾਰ ਨੂੰ ਖੜੀ ਕਰਕੇ ਰੋਡ ਦੇ ਉੱਤੇ ਜਦੋਂ ਖਾਣਾ ਲੈਣ ਦੇ ਲਈ ਗਿਆ ਤਾਂ ਪਤਨੀ ਕਾਰ ਦੇ ਵਿੱਚ ਹੀ ਬੈਠੀ ਰਹੀ। ਪਰ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪਿੱਛੋਂ ਤੇ ਆਏ ਬਦਮਾਸ਼ਾਂ ਦੇ ਵੱਲੋਂ ਗਨ ਪੁਆਇੰਟ ਦੇ ਉੱਤੇ ਪਹਿਲਾਂ ਤਾਂ ਔਰਤ ਨੂੰ ਵੀ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਗੱਡੀ ਲੈ ਕੇ ਫਰਾਰ ਹੋਣ ਲੱਗੇ ਸੀ। ਪਰ ਕਿਹਾ ਜਾ ਰਿਹਾ ਕਿ ਅਚਾਨਕ ਹੀ ਜਿਵੇਂ ਪਤੀ ਉੱਥੇ ਪਹੁੰਚਦਾ ਹੈ ਤਾਂ ਆਪਣੀ ਪਤਨੀ ਨੂੰ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੇ ਚੰਗੁਲ ਦੇ ਵਿੱਚੋਂ ਛੁਡਵਾਉਂਦਾ ਤੇ ਬਦਮਾਸ਼ ਗਨ ਪੁਆਇੰਟ ਦੇ ਉੱਤੇ ਕਾਰ ਲੈ ਕੇ ਫਰਾਰ ਹੋ ਜਾਂਦੇ ਨੇ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸੜਕ ਦੇ ਕਿਨਾਰੇ ਖੜੀ ਕਾਰ ਜੋ ਹੈ ਲੈ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ। ਹਾਲਾਂਕਿ ਇਸ ਦੌਰਾਨ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਨੇ। ਪਹਿਲਾਂ ਕਿਹਾ ਜਾ ਰਿਹਾ ਕਿ ਇੱਕ ਔਰਤ ਕਾਰ ਦੇ ਵਿੱਚ ਬੈਠੀ ਹੁੰਦੀ ਹੈ, ਉਸਨੂੰ ਗਨ ਪੁਆਇੰਟ ਦੇ ਉੱਤੇ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਔਰਤ ਦਾ ਪਤੀ ਮੌਕੇ ਤੇ ਪਹੁੰਚਦਾ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਬਦਮਾਸ਼ਾਂ ਦੇ ਚੰਗੁਲ ਦੇ ਵਿੱਚੋਂ ਤੀ ਔਰਤ ਨੂੰ ਛੁਡਵਾਉਂਦਾ ਹੈ। ਪਰ ਬਦਮਾਸ਼ ਗਨ ਪੁਆਇੰਟ ਦੇ ਉੱਤੇ ਕਾਰ ਖੋ ਕੇ ਭੱਜਣ 'ਚ ਕਾਮਯਾਬ ਹੋ ਜਾਂਦੇ ਨੇ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ, ਆਲੇ ਦੁਆਲੇ ਦੀ CCTV ਫੁਟੇਜ ਖੰਗਾਲੀ ਜਾ ਰਹੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਸੀਂ ਇੱਥੇ ਗੱਡੀ ਰੋਕੀ ਹੈ ਜਿਵੇਂ ਐਜ਼ ਯੂਜੂਅਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਂਦੇ ਆ। ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਹੈ, ਜਸਟ ਹਜੇ ਨਿਕਲੇ ਹੀ ਆ ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨੋਰਮਲੀ ਇੱਦਾਂ ਹੀ ਹਮੇਸ਼ਾ ਹੀ ਹੁੰਦਾ। ਚਾਰ ਮੁੰਡੇ ਆਏ, ਤਿੰਨ ਸੀ ਮੈਨੂੰ ਲੱਗਦਾ, ਤਿੰਨ ਸੀਗੇ, ਤਿੰਨ ਮੁੰਡੇ ਆਏ ਤੇ ਉਹਨਾਂ ਨੇ ਇੱਕਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਤੇ ਉਹਨਾਂ ਨੇ ਮਤਲਬ ਮੈਨੂੰ ਵੀ ਵਿੱਚ ਹੀ ਕਰ ਲਿਆ। ਮੈਂ ਇੱਦਾਂ ਦਾ ਕਿਹਾ ਗਿੰਨੀ 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 ਲੋਕ ਕਰ ਲਈ, ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਗਿੰਨੀ ਗਿੰਨੀ। ਉਹ ਤਾਂ ਬਹੁਤ ਭੱਜ ਚੱਲੇ ਸੀ, ਮੇਰੇ ਹਸਬੈਂਡ ਨੇ ਮੈਨੂੰ ਉਹਨੇ ਇੱਦਾਂ ਦੇਖ ਲਿਆ ਰੱਬ ਵੱਲੋਂ, ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਸ ਲਿਆ। ਉਹ ਤਾਂ ਗੱਡੀ ਲੱਤਾਂ 'ਤੇ ਚੜਾ ਦੇਣੀ ਸੀ ਸਾਡੇ ਦੋਨਾਂ ਨੇ, ਇਹੀ ਜਗ੍ਹਾ 'ਤੇ ਜਿੱਥੇ ਖੜੇ ਹਾਂ, ਇਹੀ ਜਗ੍ਹਾ ਮੋਦੀ ਕੰਪਲੈਕਸ। ਹਾਂ ਮੋਦੀ ਕੰਪਲੈਕਸ, ਹਾਂਜੀ ਇੱਥੇ ਆ ਚੌਧਰੀ ਕੰਪਲੈਕਸ, ਇੱਥੇ ਸੀਸੀਟੀਵੀ ਕੈਮਰੇ ਦੀ ਪਾਲ ਹੋਈ ਹੈ। ਹਾਂਜੀ ਕਰ ਰਹੇ ਆ, ਕਰ ਰਹੇ ਆ, ਉਧਰ ਹੀ ਬੁਲਾ ਰਹੇ ਆ, ਤਾਂ ਹੀ ਕਹਿੰਦੇ ਉਧਰ ਹੀ ਆ ਜਾ। ਕਿਹੜੇ ਠੰਡ ਦਾ ਮਾਮਲਾ ਇਹ? 5 ਨੰਬਰ ਇਹ ਪੰਮੀ ਪ੍ਰਧਾਨ ਜੀ ਸਾਡੇ ਗ੍ਰੀਨ ਫੀਲਡ ਦੇ, ਉਹਨਾਂ ਦਾ ਬੇਟਾ ਸੀ, ਉਹਨਾਂ ਤੋਂ ਖੁਦ ਖੋ ਹੋਈ ਆ। ਹਾਂ ਹਾਂ ਤੇ ਗੱਡੀ ਕਿਹੜੀ ਸੀ ਬੀਜੀ? ਉਹ ਸੀ ਆਪਣੇ I-20 ਬਾਈ, ਮੈਟਰ ਸੀਗਾ ਗੱਡੀ, ਮੈਂ ਸਮਾਨ ਲੈਣ ਆਇਆ ਸੀਗਾ ਜੀ, ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ, ਤੇ ਮੈਨੂੰ ਨਹੀਂ ਪਤਾ ਵਾਈਫ ਵਿੱਚ ਬੈਠੇ ਸੀਗੇ, ਤੇ ਬਸ ਉਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ, ਉਹਨਾਂ ਨੇ ਮੂੰਹ ਫੜ ਲਿਆ ਵਾਈਫ ਦਾ, ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ, ਤੇ ਉਨੀ ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫਟਾਫਟ ਟਾਕੀ ਖੋਲੀ ਤੇ ਆਪਦੀ ਵਾਈਫ ਨੂੂੰ ਖਿੱਚਿਆ ਬਾਹਰ ਨੂੰ, ਤੇ ਉਨੀ ਦੇਰ ਨੂੰ ਗੱਡੀ ਖਿੱਚ ਕੇ ਲੈ ਗਏ ਉਹ। ਹਾਂ PB22H6609 ਔਰ ਬੈਕ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਆ ਬੈਕ ਸ਼ੀਸ਼ੇ ਤੇ। ਹਾਂਜੀ ਹਾਂਜੀ ਆ ਗਏ ਜੀ, ਬੱਚੇ ਘਰੋਂ ਆਇਆ ਦਵਾਈ ਲੈਣ ਵਾਸਤੇ, ਔਰ ਦਵਾਈ ਲੈਣ ਲੱਗਿਆ ਉਹਨਾਂ ਨੇ ਕਿਹਾ ਵੀ ਇੱਥੋਂ ਇੱਕ ਤਾਂ ਪਹਿਲਾਂ ਉਹ ਨਾਲ ਮੋਦੀ ਦਵਾ ਖਾਣਾ, ਉਹ ਘਰ ਦੀ ਨੂੰ ਲਾਹ ਕੇ ਕਹਿੰਦੇ ਚੱਲ ਬੱਚਾ ਉਹ ਨਾਲ ਘਰ ਵਾਲੀ ਹੈ, ਕਹਿੰਦੀ ਕੋਈ ਖਾ ਲਈਏ, ਉਹ ਖਾਣ ਦੇ ਚੱਕਰ ਜੋ ਗੱਡੀ ਇੱਥੇ ਖੜੇ ਕਰਕੇ ਚਲੇ ਗਈ, ਚਲੇ ਗਿਆ ਮੁੰਡਾ, ਅਤੇ ਉਹਦੀ ਜਿਹੜੀ ਗੱਡੀ ਦੇ ਵਿੱਚ ਉਹਦੀ ਵਾਈਫ ਬੈਠੀ ਸੀ ਜੀ, ਉਹ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਘਰ ਗੱਡੀ 'ਚੋਂ ਨਿਕਲ ਗਏ ਕਿਤੇ ਤਾੜ ਚੁਣਿਆ, ਉਹ ਨਾਲ ਮੋਦੀ ਦਵਾਖਾਨੇ 'ਤੇ ਚਲੇ ਗਿਆ। ਪਿੱਛੋਂ ਜਿਹੜੇ ਲਟੇਰੇ ਸੀਗੇ, ਜਿਹੜੇ 3-4 ਜਿਹੜੇ ਸੀਗੇ, ਉਹਨਾਂ ਨੇ ਦੇਖਿਆ ਵੀ ਮੁੰਡਾ ਉੱਧਰ ਗਿਆ ਅਤੇ ਚਾਬੀ ਇਹਦੇ ਕੋਲ ਸੀ, ਇਹਦਾ ਮੂੰਹ ਘੁੱਟ ਲਿਆ ਘਰ, ਉਹਦੇ ਕੋਲ ਹਥਿਆਰ ਜਿੱਥੋਂ ਤੱਕ ਇੱਥੋਂ ਬਾਹਰੋਂ ਪਤਾ ਲੱਗਾ ਕਿ ਉਹਦੇ ਕੋਲ ਰਿਵਾਲਵਰ ਹੈਗਾ। ਹਾਂ, ਅਤੇ ਉਹ ਹੁਣ ਰਿਵਾਲਵਰ ਦੇ ਸਿਰ 'ਤੇ ਤਾਂ ਪਤਾ ਨਹੀਂ ਉਹਨਾਂ ਨੇ ਹੱਥ ਦਿਖਾਇਆ ਜਾਂ ਨਹੀਂ ਦਿਖਾਇਆ,
ਉਹ ਬਹੂ ਨੂੰ ਪਤਾ ਮੇਰੀ ਨੂੰ ਲੇਡੀਜ਼ ਗੱਡੀ 'ਚ ਬੈਠੀ ਸੀਗੀ, ਉਹਨਾਂ ਨੇ ਜ਼ਬਰਦਸਤੀ ਆ ਕੇ ਮੂੰਹ ਘੋਟਿਆ ਅਤੇ ਅੰਦਰ ਹੀ ਦੂਜੇ ਨਾਲ ਦੇ ਵੀ ਦੂਜੇ ਵੜ ਗਏ ਅੰਦਰ। ਉਹ ਜਦੋਂ ਵੜੇ ਅਤੇ ਇਹਨਾਂ ਨੇ ਉਹ ਗੱਡੀ ਲੈ ਕੇ ਤੁਰਨ ਲੱਗਾ, ਮੁੰਡੇ ਨੇ ਦੇਖਿਆ ਵੀ ਗੱਡੀ ਕੌਣ ਲੈ ਕੇ ਚੱਲਿਆ। ਪੁਲਿਸ ਚੌਂਕੀ ਦੇ ਬਿਲਕੁਲ ਕਰੀਬ, ਬਿਲਕੁਲ ਕਰੀਬ, ਔਰ ਤੁਸੀਂ ਦੇਖ ਲਓ ਮੇਰਾ ਖਿਆਲ ਜ਼ਿਆਦਾ ਨਹੀਂ ਜ਼ਿਆਦਾ 50 ਮੀਟਰ ਹੋਣੇ, 50 ਮੀਟਰ ਦੀ ਦੂਰੀ 'ਤੇ ਵਾਰਦਾਤ ਹੁੰਦੀ ਪਈ ਹੈ। ਤੁਸੀਂ ਦੇਖੋ ਪੁਲਿਸ ਵਾਲੇ ਵੀ ਸੁੱਤੇ ਪਏ ਨੇ, ਹੈਂਜੀ, ਇੰਨੀ ਵੱਡੀ ਵਾਰਦਾਤ ਹੋ ਗਈ, ਹੈਂਜੀ, ਰੱਬ ਨਾ ਕਰੇ ਬਹੂ ਨੂੰ ਨਾਲ ਲੈ ਜਾਂਦੇ, ਹੈਂਜੀ, ਅਤੇ ਕੁਝ ਉਹਦੇ ਕੋਲ ਇੰਨਾ ਗਹਿਣਾ ਪਾਇਆ ਸੀਗਾ ਅਤੇ ਗੱਡੀ ਤਾਂ ਜਾਣੀ ਜਾਣੀ ਸੀ, ਗਹਿਣਾ ਵੀ ਸੀ, ਕਿਤੇ ਜਾਣ ਨੂੰ ਖਤਰਾ ਹੁੰਦੀ ਨੂੰ ਬਣ ਜਾਣਾ ਸੀ, ਗਹਿਣਾ ਕੰਨ ਦੇ ਉਹ ਡਿੱਗਿਆ, ਫ੍ਰੈਕਚਰ ਵੀ ਹੋਇਆ ਲੱਗਦਾ ਬੇਟੇ 'ਤੇ, ਹਾਂਜੀ, ਉਹਦੇ ਹੱਥ 'ਤੇ ਫ�਼੍ਰੈਕਚਰ ਆਇਆ, ਉਹਨੇ ਬੜੇ ਜ਼ੋਰ ਨਾਲ ਖਿੱਚੀ ਅੰਦਰੋਂ ਗੱਡੀ, I-20, ਹਾਂਜੀ, PB22H8009, ਹਾਂਜੀ। ਦੇਖੋ ਜੀ, ਜਾਂਚ ਤਾਂ ਪੁਲਿਸ ਵਾਲੇ ਤਾਂ ਸਾਰੇ ਜਾਂਚ 'ਚ ਜੁੱਟ ਗਏ, ਹੈਂਜੀ, ਬਾਕੀ ਗਾਂਹ ਦਾ ਹੁਣ ਪਤਾ ਲੱਗੂਗਾ ਵੀ ਇਹ ਕੀ ਕਾਰਵਾਈ ਕਿੱਥੇ ਖਤਮ ਹੁੰਦੀ ਹੈ ਅਤੇ ਕਦੋਂ ਫੜੇ ਜਾਂਦੇ ਆ, ਨਹੀਂ ਫੜੇ ਜਾਂਦੇ ਤਾਂ ਇੱਥੋਂ ਦੇ ਆ, ਤਾਂ ਪੁਲਿਸ ਨੇ ਤਾਂ ਕਾਰਵਾਈ ਆਪਣੀ ਆਰੰਭਤੀ ਹੈ, ਹੈਂਜੀ, ਹੁਣ ਜਿਹੜੀ ਅਗਲੀ ਕਾਰਵਾਈ ਆ ਉਹ ਪੁਲਿਸ 'ਤੇ ਡਿਪੈਂਡ ਆ। ਦੇਖੋ ਜੀ, ਕ੍ਰਾਈਮ ਤਾਂ ਤੁਸੀਂ ਰੋਜ਼ ਦਾ ਦੇਖੋ, ਰੋਜ਼ ਨਸ਼ੇ ਪੱਤੇ ਇੰਨੇ ਵੱਧ ਗਏ ਨੇ, ਜਿਹੜਾ ਨੌਜਵਾਨ ਆ ਭੁੱਖਾ ਮਰਦਾ, ਉਹਨਾਂ ਨੇ ਵਾਰਦਾਤਾਂ ਜੇ ਆਰੰਭੀਆਂ ਹੋਈਆਂ, ਹੈਂਜੀ, ਹੋਰ ਕੁਝ ਦੂਰੀ ਆ, ਤਾਂ ਹੀ ਦੇਖੋ 25-30 ਮੀਟਰ ਲਾ ਲਓ ਤੁਸੀਂ, 50 ਮੀਟਰ ਲਾ ਲਓ, ਹੈਂਜੀ, ਪੁਲਿਸ ਚੌਂਕੀ, ਹੈਂਜੀ, ਐਡੀ ਵੱਡੀ ਵਾਰਦਾਤ ਹੋ ਗਈ ਆ ਜਿੱਦਾਂ ਤੁਸੀਂ ਦੇਖੋ, ਹੈਂਜੀ, ਹਨੇਰ ਕਰਦੀ ਆ ਗਈ, ਹਨੇਰ ਕਰਦੀ, ਹੈਂਜੀ, ਔਰ ਦੇਖੋ ਜਵਾਹਰ ਨਗਰ ਇਲਾਕਾ ਜਿਹੜਾ ਉਹ ਇੰਨਾ ਭਰਿਆ ਇਲਾਕਾ ਇੱਥੇ, ਉਹ ਭਰੇ ਬਾਜ਼ਾਰ 'ਚ ਦੇਖੋ ਰੇਹੜੀਆਂ ਫੜੀਆਂ ਸਾਰੇ ਖਾਣ ਪੀਣ ਵਾਲੇ ਨੇੜੇ ਖੜੇ ਆ, ਪਤਾ ਹੀ ਨਹੀਂ ਲੱਗਿਆ ਕਿਸੇ ਨੂੰ, ਹੈਂਜੀ, ਜੇ ਕਿਤੇ ਪਤਾ ਲੱਗ ਜਾਂਦਾ, ਹੋ ਸਕਦਾ ਕੋਈ ਹਿੰਮਤ ਕਰਕੇ ਜਿਵੇਂ ਮੁੰਡੇ ਨੇ ਉਹਨਾਂ ਕੁੜੀ ਨੂੰ ਕੱਢਿਆ ਫੜ ਕੇ ਬਾਹਰ, ਜ਼ੋਰ ਨਾਲ ਉਹਨੇ ਦੇਖਿਆ ਵੀ ਇਹ ਤਾਂ ਗੱਡੀ ਲੈ ਕੇ ਕੋਈ ਚੱਲਿਆ, ਚਾਬੀ ਉਹ ਨੌਂ ਰਾਣੀ ਕੋਲ ਫੜੀ ਸੀਗੀ, ਨਹੀਂ ਨੌਂ ਰਾਣੀ ਕੋਲ ਫੜੀ ਸੀ, ਉਹਦੇ ਕੋਲ ਲਾ ਕੇ ਉਹਨਾਂ ਨੇ ਚਾਬੀ ਲਾਈ ਆ, ਔਰ ਜਦੋਂ ਮੁੰਡੇ ਉਹਨੂੰ ਖਿੱਚਿਆ, ਕੁਛ ਸੈਕਿੰਡ 'ਚ ਹੀ ਹੋ ਗਿਆ ਕੰਮ, ਕੁਛ ਸੈਕਿੰਡ 'ਚ ਹੋਇਆ।